Colorado Avalanche Edmonton Oilers ਤੋਂ ਦੇ ਕੋਨੇ ਆ ਕੀ ਹੋਇਆ ਪਹਿਲਾਂ ਤਾਂ ਕੀ ਬਚਾ ਇੱਥੇ ਕਾਸਕਨਨ ਦੇ ਇੱਕ ਨਹੀਂ ਪਰ ਕਈ ਹਾਂਜੀ ਵਧੀਆ ਗੇਮ ਅੱਜ ਖੇਡ ਗਿਆ ਮੀਕੋ ਕਾਸਕਨਨ ਵਧੀਆ ਬਚਾ ਕੀਤੇ ਤੇ ਐਡਮਿੰਟਨ ਨੂੰ ਇਸ ਮੈਚ ਵਿੱਚ ਰੱਖਿਆ ਹਾਂਜੀ ਤੇ ਇੱਥੇ ਇੱਕ ਹੋਰ ਦੇਖ ਰਹੇ ਆ ਇੱਥੇ ਕੀ ਬਚਾ ਡਬਲ ਸੇਵ ਇਹ ਵੀ ਪਹਿਲੇ ਪੀਰੀਅਡ ਦੇ ਵਿੱਚ ਗੇਮ ਦਾ ਨਕਸ਼ਾ ਬਿਲਕੁਲ ਬਦਲ ਸਕਦਾ ਸੀਗਾ ਪਰ ਕਾਸਕਨਨ ਦੇਖੋ ਕਮਾਲ ਦਾ ਖੱਬੇ ਪੈਰ ਨਾਲ ਬਚਾ ਤੇ ਡਿਫੈਂਸ ਤੇ ਅਟੈਕ ਹੋਈ ਉਹ ਜਾਨੇ ਜੀ ਤੀਜੇ ਪੀਰੀਅਡ ਨੂੰ ਜਿੱਥੇ ਲੱਭ ਲੈਣਾ ਗੋਲ ਐਡਮਿੰਟਨ ਓਇਲਰਸ ਵਾਰਨ ਫੋਗਲ ਦੇ ਕੋਲ ਪਾਕਾਉਣਾ ਤਾਂ ਉਹਨੇ ਕੱਢਣਾ ਗੋਲ ਮਸੀਂ ਕਿਤੇ ਗੋਲ ਹੋਇਆ ਇਸ ਮੈਚ ਦੇ ਵਿੱਚ ਤੇ ਪਹਿਲਾ ਗੋਲ ਹਾਂਜੀ ਐਡਮਿੰਟਨ ਓਇਲਰਸ ਦਾ ਬੜੇ ਖੁਸ਼ 1-0 ਹੱਥ ਇਹਨਾਂ ਦਾ ਉੱਚਾ ਇਸ ਗੋਲ ਤੋਂ ਬਾਅਦ ਹੋ ਗਿਆ ਨਰਸ ਨੇ ਲਾਉਣਾ ਸ਼ਾਟ ਤੇ ਟਿਪ ਇੱਥੇ ਲਾਉਣੀ ਵਾਰਨ ਫੋਗਲ ਨੇ ਤੇ ਕਰ ਜਾਣਾ ਉਹਨੇ 11ਵਾਂ ਗੋਲ ਆਪਣਾ ਸੀਜ਼ਨ ਹਾਂਜੀ ਤਾਂ ਮਿਹਨਤ ਕੀਤੀ ਸੀ ਇੱਥੇ ਰਾਇਨ ਨੂਜਨ ਹਾਪਕਿੰਸ ਨੇ ਜਿਹੜਾ ਪੱਕ ਦਾ ਮੁਕਾਬਲਾ ਜਿੱਤਿਆ ਸੀ ਨੇਥਨ ਮਕਿਨਨ ਦੇ ਖਿਲਾਫ ਹੁਣ ਜਾਂਦੇ ਆ 5 ਮਿੰਟ ਰਹਿੰਦੇ ਸੀ ਪੀਰੀਅਡ ਦੇ ਵਿੱਚ ਤਾਂ ਮੁਕਾਬਲੇ ਵਿੱਚ ਤਾਂ ਕਿਹਨੇ ਕਰਨਾ ਗੋਲ ਆ ਦੇਖਿਓ ਉਹੀ ਖਿਡਾਰੀ ਜਿਹਦਾ ਮੈਂ ਨਾਂ ਲਿਆ ਸੀ ਨੇਥਨ ਮਕਿਨਨ ਮਕਿਨਨ 26 ਗੋਲ ਕਰ ਚੁੱਕਾ ਹੁਣ ਸੀਜ਼ਨ ਤੇ ਦੇਖੋ ਕਮਾਲ ਦੀ ਗੇਮ ਖੇਡਿਆ ਅੱਜ ਤੇ ਇਹ ਵੀ ਪਿਛਲੇ ਦਰਵਾਜ਼ੇ ਥਣੀ ਆਇਆ ਤੇ ਧੱਕੜਸ਼ਾਹ ਗੇਮ ਵੀ ਫਿਜ਼ੀਕਲ ਗੇਮ ਨੈਟ ਦੇ ਆਮਣੇ ਸਾਹਮਣੇ ਤੇ ਸਕੋਰਿੰਗ ਤਾਂ ਕਰਦਾ ਹੀ ਹੈਗਾ ਤੇ ਇੱਥੇ ਇਸਤੇਮਾਲ ਕੀਤਾ ਆਪਣੀ ਰਫ਼ਤਾਰ ਦਾ ਫਿਜ਼ੀਕਲ ਖੇਡ ਦਾ ਤੇ ਸਕੋਰਿੰਗ ਦਾ ਤਿੰਨੇ ਚੀਜ਼ਾਂ ਦਾ ਵਾਹ ਜੀ ਵਾਹ ਕੀ ਖੇਡ ਤੇ ਇੱਥੇ ਬੀਟ ਕਰ ਗਿਆ ਮੀਕੋ ਕਾਸਕਨਨ ਨੂੰ ਹੁਣ ਜਾਣੇ ਜੀ ਸ਼ੂਟ ਆਊਟ ਦੇ ਵਿੱਚ ਓਵਰ ਟਾਈਮ ਤੇ ਕੱਕ ਨਹੀਂ ਹੋਇਆ ਸੀ ਆਹ ਦੇਖਿਓ ਨੇਥਨ ਮਕਿਨਨ ਕਰ ਗਿਆ ਗੋਲ ਕੀ ਸ਼ਾਨਦਾਰ ਗੋਲ ਪਹਿਲਾਂ ਤਾਂ ਰੀਅਲ ਟਾਈਮ 'ਚ ਲੱਗਿਆ ਹੀ ਨਹੀਂ ਇਹ ਗੋਲ ਹੋਇਆ ਪਰ ਇਹਨੇ ਐਨ ਉਤਲੇ ਸੈਂਟਰ ਦੇ ਵਿੱਚ ਨੈੱਟ 'ਚ ਮਾਰਿਆ ਇਹ ਸ਼ਾਟ ਤੇ ਮੰਤਾਰ ਸਹੀ ਸੀਗਾ ਉਹਨੇ ਕਿਹਾ ਸੀ ਮਕਿਨਨ